ਸਲਾਮ ਅਲੈਕੁਮ ਜੀ। ਉਮੀਦ ਕਰਨਾ ਸਭ ਦੋਸਤ ਖੈਰੀਅਤ ਨਾਲ ਹੋਣਗੇ। ਤੇ ਭਾਈ ਜੀ, ਬੰਦੇ ਪੁੱਛਦੇ ਸੀ ਕਿ ਗੰਦਮ ਸਟਾਕ ਕਰ ਲਈਏ ਜਾਂ ਗੰਦਮ ਸੇਲ ਕਰ ਦਈਏ। ਭਾਈ ਜੀ, ਮੇਰਾ ਮਸ਼ਵਰਾ ਇਹ ਹੈ ਕਿ ਗੰਦਮ ਸਟਾਕ ਨਾ ਕਰੋ, ਕਿਉਂਕਿ ਐਤਕੀ ਜਿਹੜਾ ਗੰਦਮ ਦਾ ਰੇਟ ਹੈ ਨਾ, ਹੋਰ ਵੀ ਘਟੇਗਾ। ਕਿਉਂਕਿ ਇਸ ਟਾਈਮ ਓਵਰਆਲ ਪੂਰੇ ਪੰਜਾਬ 'ਚ ਨਾ ਜਿਹੜਾ ਗੰਦਮ ਦਾ ਰੇਟ ਹੈਗਾ, 2900 ਤੋਂ ਲੈ ਕੇ 3200 ਦਾ ਐਂਡ ਜਿਹੜਾ ਵਿਕਦਾ ਪਿਆ ਹੋਣਾ ਇਸ ਟਾਈਮ ਮੌਜੂਦਾ ਸੂਰਤ ਹਾਲ ਦੇ, ਉਹ 3200 ਤੱਕ ਹੈਗਾ, 3200-3300 ਤੱਕ ਹੋ ਜਾਏਗਾ। ਇਸ ਤੋਂ ਬਾਅਦ ਕੋਈ ਨਹੀਂ ਹੈਗਾ। ਤੇ ਐਤਕੀ ਜਿਹੜੀ ਹਕੂਮਤ ਹੈ ਨਾ, ਇਹਨੇ ਚੀਜ਼ਾਂ ਹੋਰ ਸਸਤੀਆਂ ਕਰਨੀਆਂ, ਤੇ ਇਹਦੇ ਤੋਂ ਨਾ, ਯਾਨੀ ਕਿ ਜਿਹੜਾ ਆਪਣਾ ਗੰਦਮ ਦਾ ਰੇਟ ਹੈਗਾ, ਇਹ ਵਧਣਾ ਕੋਈ ਨਹੀਂ ਹੈਗਾ, ਐਤਕੀ ਘਟਣਾ ਹੀ ਹੈ। ਤੇ ਲਿਹਾਜ਼ਾ ਮੇਰਾ ਮਸ਼ਵਰਾ ਇਹੀ ਹੈ ਜ਼ਿੰਮੇਦਾਰਾਂ ਭਾਈਆਂ ਨਾਲ, ਤੇ ਜਿਹੜੇ ਸਟਾਕ ਕਰ ਰਹੇ ਨਾ ਉਹਨਾਂ ਨਾਲ ਵੀ ਇਹੀ ਮਸ਼ਵਰਾ ਹੈ ਕਿ ਜੇ ਤੁਸੀਂ ਸਟਾਕ ਕਰ ਰਹੇ ਹੋ, ਤੁਹਾਡੇ ਕੋਲ ਬੈਕਗ੍ਰਾਉਂਡ ਐਡਾ ਮਜ਼ਬੂਤ ਹੋਣਾ ਚਾਹੀਦਾ, ਤੁਸੀਂ ਆ ਜਿਹੜਾ ਹੁਣ ਤੁਹਾਨੂੰ ਝਟਕਾ ਲੱਗਣਾ ਨਾ, ਤੁਸੀਂ ਬਰਦਾਸ਼ਤ ਕਰ ਸਕੋ। ਤੇ ਲਿਹਾਜ਼ਾ ਸਟਾਕ ਵਾਲੇ ਭਾਈ ਵੀ ਤੇ ਜ਼ਿੰਮੇਦਾਰ ਭਾਈ ਵੀ ਇਹ ਥੋੜ੍ਹਾ ਜਿਹਾ ਨਾ ਸੋਚੋ ਇਸ ਬਾਰੇ 'ਚ, ਜੇਕਰ ਤੁਸੀਂ ਸਟਾਕ ਕਰ ਰਹੇ ਜਨਾਬ, ਕਿਉਂਕਿ ਇਸ ਟਾਈਮ ਜਿਹੜਾ ਮੰਡੀਆਂ 'ਚ ਰੇਟ ਚੱਲ ਰਿਹਾ ਮੇਰੇ ਨਾਲ 3200-3300 ਤੱਕ ਐਂਡ ਹੀ ਹੋਏਗਾ ਕਿਧਰੇ ਨਾ ਕਿਧਰੇ। ਤੇ ਜੇਕਰ ਤੁਹਾਡੀ ਕਣਕ ਦਾ ਰੇਟ ਲੱਗਦਾ ਪਹਿਲਾਂ 3200-3300, ਤੁਸੀਂ ਸੇਲ ਕਰ ਦਿਓ। ਤੇ ਕਿਉਂਕਿ ਜੇ ਤਾਂ ਰੇਟ ਪਾਸਕੋਰਾਂ ਨੇ ਯਾਨੀ ਲੈਣੀ ਬੰਦ ਕਰਤੀ ਗੰਦਮ, ਤੇ ਇਹ ਰੇਟ ਆ ਜਾਣਾ 2800-2700 ਤੱਕ, ਯਾਨੀ ਕਿ 400-500 ਫਿਰ ਉੱਡ ਜਾਣਾ ਜੇ। ਤੇ ਅੱਗੇ ਜ਼ਿੰਮੇਦਾਰ ਭਾਈ ਘਾਟੇ 'ਚ ਹੈ, ਕਿਉਂਕਿ ਉਹਨੇ DAP ਜਿਹੜੀ ਹੈਗੀ ਹੈ 15-15 ਹਜ਼ਾਰ ਦੀ ਪਾਈ ਹੋਈ ਹੈ, ਤੇ ਯੂਰੀਆ ਜਿਹੜੀ 5000 ਤੋਂ 5500 ਪਾਈ, ਤਾਂ ਉਹਨੂੰ ਵੈਸੇ ਹੀ ਘੱਟ ਹੈਗਾ, ਕਿਉਂਕਿ ਠੇਕੇ ਵੀ ਤਾਂ ਬਹੁਤ ਜ਼ਿਆਦਾ ਨੇ। ਲਿਹਾਜ਼ਾ ਜ਼ਿੰਮੇਦਾਰ ਭਈਆਂ ਨੂੰ ਮਸ਼ਵਰਾ ਇਹ ਹੈ ਕਿ ਜੇ ਤਾਂ ਤੁਸੀਂ ਗੰਦਮ ਰੱਖਣ ਦੇ ਬਾਰੇ ਸੋਚ ਰਹੇ ਜਨਾ, ਤੇ ਮੇਰਾ ਮਸ਼ਵਰਾ ਇਹੀ ਹੈ ਕਿ ਤੁਸੀਂ ਨਾ ਰੱਖੋ, ਸੇਲ ਕਰ ਦਿਓ, ਕਿਉਂਕਿ ਐਤਕੀ ਜ਼ਿੰਮੇਦਾਰ ਭਾਈ ਤਾਂ ਵੈਸੇ ਬੜਾ ਮੁਸ਼ਕਲ ਵਕਤ ਹੈਗਾ।